ਤੇ ਗੱਲ ਕਰਦੇ ਹਾਂ ਵੀ ਟਾਈਟੈਨਿਕ ਦੇ ਵਿੱਚੋਂ ਅੱਜ ਤੱਕ ਕੀ ਕੁਛ ਮਿਲਿਆ, ਕਿਉਂ ਲੋਕ ਇੰਨਾ ਰਿਸਕ ਲੈ ਕੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਟਾਈਟੈਨਿਕ ਦੇਖਣ ਜਾ ਰਹੇ ਆ। ਵੈਸੇ ਤਾਂ ਜਸਟ ਇਹ ਟਾਈਮ ਵੇਸਟਿੰਗ ਆ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਮਿਲੀਆਂ ਕੋਈ ਵੀ ਵਰਥਫੁੱਲ ਹੀ ਨਹੀਂ ਸੀ। ਅੱਜ ਦੇ ਸਮੇਂ ਵਿੱਚ ਜੋ ਤੁਹਾਨੂੰ ਕੁਛ ਗਾਈਡ ਕਰਨ ਜਾਂ ਤੁਹਾਨੂੰ ਕੁਛ ਰਿਸਰਚ ਦੇ ਵਿੱਚ ਹੈਲਪ ਕਰਨ, ਕਿਉਂਕਿ ਅਕਸਰ ਜਿਹੜੇ ਸਾਇੰਟਿਸਟ ਆ ਜਾਂ ਰਿਸਰਚਰਸ ਆ ਉਹ ਤੁਹਾਨੂੰ ਪਾਸਟ ਅਤੇ ਫਿਊਚਰ ਦੇ ਬਾਰੇ ਦੱਸਣਗੇ, ਪ੍ਰੈਜ਼ੈਂਟ ਕਿਵੇਂ ਇੰਜੋਏ ਕਰਨਾ ਉਹਦੇ ਬਾਰੇ ਬਹੁਤ ਘੱਟ ਦੱਸਣਗੇ। ਸਭ ਤੋਂ ਪਹਿਲਾਂ ਤਾਂ ਮਿਲਿਆ ਸੀ ਇੱਕ ਐਲੀਗੇਟਰ ਪਰਸ, ਜੋ ਕਿ ਇੱਕ ਮੈਰੀਅਨ ਨਾਂ ਦੀ ਬ੍ਰਿਟਿਸ਼ ਲੇਡੀ ਨੂੰ ਬਿਲੋਂਗ ਕਰਦਾ ਸੀ ਅਕੋਰਡਿੰਗ ਟੂ ਰਿਸਰਚਸ ਦੇ, ਅਤੇ ਉਹ ਜਾ ਰਹੀ ਸੀ USA ਆਪਣੇ ਡਾਕਟਰ ਕੋਲ ਅਤੇ ਗ੍ਰੈਂਡ ਕਿਡਸ ਕੋਲ। ਸੈਕਿੰਡ ਨੰਬਰ 'ਤੇ ਆਉਂਦਾ ਪਰਫਿਊਮਸ ਮਿਲੇ ਸੀ ਕਾਫੀ, ਜੋ ਕਿ ਲੈਦਰ ਪਾਊਚ ਦੇ ਵਿੱਚ ਰਿਕਵਰ ਕੀਤੇ ਗਏ। ਉਸ ਤੋਂ ਇਲਾਵਾ ਇੱਕ ਬਿਊਜੂਲਡ ਬ੍ਰੈਸਲੇਟ ਮਿਲਿਆ ਸੀ, ਜਿਸ ਦੇ ਉੱਪਰ ਐਮੀ ਲਿਖਿਆ ਹੋਇਆ ਸੀ ਡਾਇਮੰਡਸ ਦੇ ਨਾਲ, ਅਤੇ ਇਹ 15 ਕੈਰੇਟ ਰੋਜ਼ ਗੋਲਡ ਬੈਂਡ ਸੀ। ਐਕਸਪੈਂਸਿਵ ਵਨ ਸੀ ਬਟ ਵਰਥਫੁੱਲ ਹੀ ਨਹੀਂ ਆ। ਫਿਰ ਮਿਲਿਆ ਸੀ ਇੱਕ ਲੋਗੋਮੀਟ, ਜਿਸ ਦੇ ਨਾਲ ਸਪੀਡ ਤੈਅ ਕੀਤੀ ਜਾਂਦੀ ਆ ਕਿਸੇ ਵੀ ਸ਼ਿਪ ਦੀ। ਅਤੇ ਉਸ ਤੋਂ ਇਲਾਵਾ ਇੱਕ ਸਭ ਤੋਂ ਮੇਨ ਜਿਹੜੀ ਚੀਜ਼ ਮਿਲੀ ਹੁਣ ਤੱਕ ਉਹ ਮਿਲਿਆ ਸੀ ਟਾਈਟੈਨਿਕ ਦਾ ਇੱਕ ਪੀਸ ਮਿਲਿਆ ਸੀ, ਜੋ ਕਿ ਡਿਮੈਂਸ਼ਨ ਦੇ ਵਿੱਚ 13x30 ਫੀਟ ਸੀ। ਇਸ ਨੂੰ ਐਗਜੀਬਿਸ਼ਨ ਵਿੱਚ ਵੀ ਲਗਾਇਆ ਗਿਆ ਸੀ ਸੈਨ ਫਰਾਂਸਿਸਕੋ ਵਿੱਚ, ਅਤੇ ਇਸ ਦਾ ਵੇਟ ਸੀ ਆਲਮੋਸਟ 15 ਟਨਸ। ਇਸ ਨੂੰ ਬਾਹਰ ਕੱਢਿਆ ਗਿਆ ਸੀ 1998 ਦੇ ਵਿੱਚ, ਜੋ ਕਿ ਆਲਮੋਸਟ 4 ਸਾਲ ਬਾਅਦ ਕੱਢਿਆ ਗਿਆ, ਕਿਉਂਕਿ 1994 ਦੇ ਵਿੱਚ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਸਟਾਰਟ ਕਰ ਦਿੱਤੀ ਗਈ ਸੀ। ਅਤੇ 2006 ਦੇ ਵਿੱਚ ਇਸ ਨੂੰ ਸੈਨ ਫਰਾਂਸਿਸਕੋ ਗੇਟ ਦੀ ਇੱਕ ਐਗਜੀਬਿਸ਼ਨ ਆ ਉਹਦੇ ਵਿੱਚ ਸ਼ੋਅ ਵੀ ਕੀਤਾ ਗਿਆ ਸੀ। ਇੱਕ ਬੋਲਰ ਹੈਡ ਮਿਲਿਆ ਸੀ ਜੋ ਕਿ ਆਲਮੋਸਟ ਰਵਿਸ਼ ਕਹਿ ਸਕਦੇ ਜਿਸ ਨੂੰ। ਇੱਕ ਵੂਲ ਵੈਸਟ ਮਿਲੀ ਸੀ ਜੋ ਕਿ 3rd ਕਲਾਸ ਪੈਸੰਜਰ ਵਿਲੀਅਮ ਹੈਨਰੀ ਉਸ ਨੂੰ ਬਿਲੋਂਗ ਕਰਦੀ ਸੀ। ਇਸ ਨੂੰ ਐਗਜੀਬਿਸ਼ਨ ਵਿੱਚ ਲਗਾਇਆ ਗਿਆ ਸੀ 1913 ਦੇ ਵਿੱਚ। ਇੱਕ ਪਰਸਨ ਨੇ ਜਿਸਦਾ ਨਾਮ ਹੀ ਬਰਾਊਨ, ਉਸਨੇ ਕਲੇਮ ਕੀਤਾ ਸੀ $27,000 ਦਾ ਇੰਸ਼ੋਰੈਂਸ ਕਲੇਮ ਕੀਤਾ ਸੀ ਕਿ ਉਸਦੀ ਪ੍ਰੋਪਰਟੀ ਜਿਹੜੀ ਉਹ ਲੋਸਟ ਹੋ ਗਈ ਹੈ ਟਾਈਟੈਨਿਕ ਡਿਜ਼ਾਸਟਰ ਦੇ ਵਿੱਚ। ਅਤੇ ਉਸਨੇ 14 ਹੈਡ ਜਿਹੜੇ ਉਹ ਕਲੇਮ ਕਰਵਾਏ ਸੀ, $20,000 ਦਾ ਨੈਕਲੈਸ ਉਹ ਵੀ ਕਲੇਮ ਕੀਤਾ ਸੀ ਇਸ ਦੇ ਵਿੱਚ, ਅਤੇ ਜਿਸ ਦੀ ਕੀਮਤ ਆਲਮੋਸਟ $5 ਲੱਖ ਅੱਜ ਦੇ ਦਿਨ ਹੈ। ਜਿਸ ਨੇ ਵੀ ਇਸ ਤੱਕ ਕਲੇਮ ਕੀਤਾ ਸੀ ਉਸਨੇ ਇਹ ਦੱਸਿਆ ਕਿ ਉਸਦੇ ਹਸਬੈਂਡ ਨੇ ਇਹ ਸਾਰੀ ਮਨੀ ਇੱਕ ਮਾਈਨਿੰਗ ਇੰਡਸਟਰੀ ਵਿੱਚ ਕੰਮ ਕਰਕੇ ਬਣਾਈ ਸੀ। ਅਤੇ ਬਾਕੀ ਦੱਸਿਓ ਕਿਵੇਂ ਦੀ ਲੱਗੀ ਵੀਡੀਓ। ਥੈਂਕ ਯੂ।